कनेक्ट एफएम सुन रहे हो तो सही, मेरा नाम है गरिमा, शो दा नाम है पंजाबी चैट बस्टर्स, जिथे मैं तुहाड़ी यू नो रिक्वेस्ट आ फरमाइशा पूरी कर दियां। एंड जस्ट इन केस तुसी अपनी फरमाइशा मेरे तक नहीं पहुंचाइयां है ते नंबर नोट करो 604-807-0915 नंबर है मेरा। ते थोड़ी देर पहला जिद्दां कि मैं तुहानूं प्रोमिस कीता सी कि साडे जिहड़े डिजिटल प्रोड्यूसर है ते बहुत ही फेमस फिल्म जर्नलिस्ट है जैसमिन, उन्हां दी बब्बल राय दे नाल गलबात होई है ते ओ गलबात तुहानूं अज मेरे शो दे विच सुनन नूं मिलेगी। सो उसे गलबात नूं चलो फिर सुनदे आं। वेलकम टू द शो। थैंक यू जैस्मिन, सत श्री अकाल। सत श्री अकाल, बहुत प्यार से सत श्री अकाल। फिर आजकल ਤੁਸੀਂ ਕਿੱਥੇ ਬਿਜ਼ੀ ਹੁੰਨੇ ਹੋ? ਕੈਨੇਡਾ ਵਾਲੇ ਤਾਂ ਵੇਟ ਕਰ ਰਹੇ ਹਨ, ਤੁਸੀਂ ਇੱਥੇ ਕਦੋਂ ਆਓਗੇ? ਵੀਰ ਜੀ, ਅਸੀਂ ਕੈਨੇਡਾ ਵਾਲਿਆਂ ਲਈ ਤੇ ਬਾਕੀ ਸਾਰੇ ਪੰਜਾਬੀਆਂ ਲਈ ਵੀ ਫਿਲਮਾਂ ਬਣਾਉਣ ਦੇ ਵਿੱਚ ਬਿਜ਼ੀ ਹਾਂ ਜੀ ਇਸ ਟਾਈਮ, ਤੇ ਫਿਲਮਾਂ ਆ ਰਹੀਆਂ ਬਹੁਤ ਜਲਦੀ ਬੈਕ ਟੂ ਬੈਕ 2-3, ਸੋ ਹੋਪਫੁਲੀ ਉਹਦੀ ਪ੍ਰਮੋਸ਼ਨ ਲਈ ਮੈਂ ਆਊਂਗਾ ਜੀ ਕੈਨੇਡਾ, ਫਿਰ ਮਿਲਦੇ ਜੀ। ਅੱਛਾ, ਬਹੁਤ ਵਧੀਆ। ਤੇ ਫਿਲਮਾਂ ਬੈਕ ਟੂ ਬੈਕ ਜਿਹੜੀਆਂ ਤੁਹਾਡੀਆਂ ਆ ਰਹੀਆਂ ਉਹ ਕਿਹੜੀਆਂ ਨੇ? ਪੋਸਟ ਸੀ, ਸਟਾਰਟਿੰਗ ਪੋਸਟ ਸੀ ਵੈਸੇ, ਹੈ ਨਾ ਜੀ? ਹਾਂਜੀ ਜੀ, ਆਪਾਂ ਇੱਕ ਸੰਧੂ ਹੁੰਦਾ ਸੀ ਨੂੰ ਵੀ ਵਿੱਚ ਕਹਿਣਾ ਸਕਦੇ ਹਾਂ, ਬਿਕੋਜ਼ ਉਹਦੇ ਵਿੱਚ ਮੇਰੇ ਕਾਈਂਡ ਆਫ ਸਪੈਸ਼ਲ ਅਪੀਅਰੈਂਸ ਹੈ, ਇੱਕ ਕੈਮਿਓ ਕਹਿ ਲਓ ਹੈਗਾ। ਅੱਛਾ, ਉਹ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਉਹ ਮਤਲਬ ਇੰਪੋਰਟੈਂਟ ਇੱਕ ਪਾਰਟ ਹੈਗਾ ਕਹਾਣੀ ਦਾ, ਰਾਈਟ? ਸੋ ਉਹ ਹੈਗਾ ਜੀ। ਉਸ ਤੋਂ ਬਾਅਦ ਫਿਰ ਪੋਸਤੀ ਆ ਜੀ, ਉਸ ਤੋਂ ਬਾਅਦ ਤੀਸਰੀ ਜਿਹੜੀ ਹੈਗੀ ਆ ਉਹਦਾ ਥੋੜੇ ਦਿਨਾਂ 15 ਦਿਨ ਤੱਕ ਸ਼ੂਟ ਜਿਹੜਾ ਹੈਗਾ ਸਟਾਰਟ ਹੋ ਜਾਣਾ, ਪਰ ਉਹਦੀ ਮੈਨੂੰ ਹੈਗਾ ਇੱਕ ਵਾਰੀ ਅਫੀਸ਼ਲੀ ਅਨਾਊਂਸਮੈਂਟ ਹੋ ਜਾਵੇ। ਓਕੇ, ਜੋ ਫਿਲਮ ਮਈ ਦੇ ਵਿੱਚ ਆਉਣੀ ਆ। ਸੋ ਇਹ ਕੋਈ ਸਬਜੈਕਟ ਤੁਹਾਨੂੰ ਦੱਸ ਸਕੋਗੇ? ਕਿਉਂਕਿ ਪੋਸਤੀ ਦਾ ਜਿਹੜਾ ਅਸੀਂ ਟ੍ਰੇਲਰ ਵੇਖ ਰਹੇ ਹਾਂ ਉਸ 'ਚ ਕਾਫੀ ਡਿਫਰੈਂਟ ਬੱਬਲ ਰਾਏ ਦਿਸ ਰਹੇ ਨੇ, ਯੂ ਨੋ, ਕਾਫੀ ਡਿਫਰੈਂਟ ਕਾਈਂਡ ਆਫ ਅ ਰੋਲ, ਡਿਫਰੈਂਟ ਕਾਈਂਡ ਆਫ ਅ ਲੁੱਕ, ਬੜਾ ਇੰਟੈਂਸ, ਬੜਾ ਸੈਂਸਿਟਿਵ ਜਿਹਾ ਉਦਾਂ ਦਾ ਲੱਗ ਰਿਹਾ ਜੀ। ਬਿਲਕੁਲ, ਜਿਹੜਾ ਮੇਰਾ ਕਰੈਕਟਰ ਆ ਪੋਸਤੀ ਫਿਲਮ ਦੇ ਵਿੱਚ ਉਹਦਾ ਨਾਮ ਹੈ ਜੀ ਜੀਵਾ। ਸੋ ਜੀਵੇ ਦੇ ਕਰੈਕਟਰ ਨੂੰ ਪਲੇ ਕਰਕੇ ਉਹਨੂੰ ਜਿਉਂ ਕੇ ਜਿੰਨੇ ਵੀ ਦਿਨ ਮੈਂ ਸ਼ੂਟ ਕੀਤਾ, ਸੋ ਮੇਰੀ ਅਸਲ ਜ਼ਿੰਦਗੀ ਦੇ ਵਿੱਚ ਵੀ ਮੈਨੂੰ ਬਹੁਤ ਕੰਫੀਡੈਂਸ ਮਿਲਿਆ ਉਹ ਕਰੈਕਟਰ ਦੇ ਵਿੱਚ। ਕਈ ਵਾਰ ਹੁੰਦਾ ਨਾ ਕਿ ਆਪਣੇ 'ਚ ਕੁਛ ਚੀਜ਼ਾਂ ਰਹਿ ਜਾਂਦੀਆਂ ਕਿਸੇ ਕਰੈਕਟਰ ਦੀਆਂ, ਰਾਈਟ? ਸੋ ਹਾਂਜੀ, ਸੋ ਮੈਨੂੰ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਰਾਣਾ ਭਾਜੀ ਨੇ ਪਹਿਲਾਂ ਸਾਰੀ ਸਕ੍ਰਿਪਟ ਬਹੁਤ ਸੋਹਣੀ ਲਿਖੀ ਹੈ, ਫਿਰ ਉਹਨਾਂ ਨੇ, ਉਹਨਾਂ ਦੀ ਖਾਸੀਅਤ ਹੈ ਕਿ ਇਕੱਲੇ ਇਕੱਲੇ ਕਰੈਕਟਰ ਤੇ ਬਹੁਤ ਵਧੀਆ ਕੰਮ ਕਰਦੇ ਹਨ। ਹਾਂਜੀ ਹਾਂਜੀ, ਸੋ ਉਹਨਾਂ ਨੇ ਇਕੱਲਾ ਇਕੱਲਾ ਕਰੈਕਟਰ ਜਿਹੜਾ ਫਿਲਮ ਦੇ ਵਿੱਚ, ਚਾਹੇ ਜੀਵੇ ਦਾ ਜਾਂ ਕੀੜੇ ਦਾ, ਜਿਹੜਾ ਪੋਸਤੀ ਦਾ ਤੁਹਾਨੂੰ ਦੇਖਣ ਨੂੰ ਮਿਲੂਗਾ, ਹੈ ਨਾ, ਹਰ ਇੱਕ ਕਰੈਕਟਰ ਮਤਲਬ ਜਿਹਦਾ ਵੀ ਆਪਾਂ ਨਾਮ ਲੈ ਲਈਏ, ਬਹੁਤ ਹੀ ਖੂਬਸੂਰਤੀ ਨਾਲ ਲਿਖਿਆ ਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਹਿੱਸੇ ਇਹ ਰੋਲ ਆ। ਸੋ ਇਸ ਕਰਕੇ ਹਾਂਜੀ, ਸੋ ਪਰ ਉਸ ਤੋਂ ਇਲਾਵਾ ਜਿੱਦਾਂ ਹਾਂਜੀ ਗਾਣੇ ਜਾਂ ਵੀਡੀਓ ਸ਼ੂਟ ਆ ਜਿਹੜੇ ਸਾਡੇ ਸ਼ੋਅਜ਼ ਆ, ਮੈਂ ਤੇ ਜੱਸੀ ਕਰਦੇ ਹਾਂ ਜੀ, ਉਹਦੇ ਵਿੱਚ ਬਿਜ਼ੀ ਹੁੰਦੇ ਹਾਂ, ਪਰ ਹੁਣ ਇਹੀ ਜੋਬ ਆ ਜੀ ਫੁੱਲ ਟਾਈਮ, ਸੋ ਬੈਲੈਂਸ ਤਾਂ ਕਰਨਾ ਪੈਂਦਾ। ਰਾਈਟ, ਟੀਮ ਦੀ ਗੱਲ ਕੀਤੀ ਤਾਂ ਤੁਹਾਡੀ ਜੱਸੀ ਨਾਲ ਜਾਂ ਪ੍ਰਭ ਨਾਲ ਇੱਕ ਬਹੁਤ ਸੋਹਣੀ ਟੀਮ ਬਣੀ ਹੋਈ ਆ, ਐਂਡ ਇਟ ਹੈਜ਼ ਬੀਨ ਦੇਅਰ ਫੋਰ ਲੌਂਗ, ਸੋ ਉਹਦਾ ਕੀ ਇੱਕ ਸੀਰੀਅਸਲੀ ਪੁੱਛ ਲਓ ਤਾਂ ਰਾਜ਼ ਕੀ ਹੈ? ਕਿਉਂਕਿ ਅੱਜ ਕੱਲ੍ਹ ਸਿੰਗਰਸ ਹੁੰਦੇ ਆ, ਵੱਖਰਾ ਵੱਖਰਾ ਕੰਮ ਹੁੰਦਾ, ਬਟ ਤੁਸੀਂ ਤਿੰਨੋਂ ਜਾਂ ਦੋਨੋਂ ਇੱਕ ਪਲੇਟਫਾਰਮ 'ਤੇ ਹਮੇਸ਼ਾ ਇਕੱਠੇ ਆਉਂਦੇ ਹੋ ਅਤੇ ਬਹੁਤ ਵਧੀਆ ਲੱਗਦਾ, ਤੁਹਾਡੇ ਫੈਨਸ ਨੂੰ ਵੀ ਬਹੁਤ ਵਧੀਆ ਲੱਗਦਾ, ਡਬਲ ਟ੍ਰੀਟ ਹੋ ਜਾਂਦੀ ਉਹਨਾਂ ਲਈ। ਇਹਦਾ ਰਾਜ਼ ਇਹੀ ਹੈ ਜੀ, ਬਸ ਅਸੀਂ ਜਿਸ ਤਰ੍ਹਾਂ ਕਹਿ ਲਓ ਕਿ ਸਿੰਗਰ ਵਾਂਗੂ ਨਹੀਂ ਵਰਤਦੇ ਹੈਗੇ, ਅਸੀਂ ਇੱਕ ਦੂਸਰੇ ਨਾਲ ਪਹਿਲਾਂ ਦੋਸਤਾਂ ਵਾਂਗੂ ਜੁੜੇ ਹੋਏ ਹਾਂ, ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਆਲਵੇਜ਼ ਇਕੱਠੇ ਹੁੰਦੇ ਹਾਂ, ਹੈ ਨਾ ਜੀ, ਜਦੋਂ ਮਤਲਬ ਕਿਤੇ ਘੁੰਮਣ ਫਿਰਨ ਜਾਣਾ ਤਾਂ ਵੀ ਇਕੱਠੇ ਹਾਂ, ਸੋ ਫੈਮਿਲੀਜ਼ ਵਰਤਦੀਆਂ ਆਪਸ ਦੇ ਵਿੱਚ, ਸੋ ਅਸੀਂ ਦੋਸਤ ਹਾਂ ਬੇਸਿਕਲੀ, ਸੋ ਜਿਹੜਾ ਕੰਮ ਆ ਉਹ ਵੀ ਸਾਈਡ ਬਾਈ ਸਾਈਡ, ਉਹਦੇ ਵਿੱਚ ਵੀ ਇੱਕ ਦੂਜੇ ਦੀ ਸਲਾਹ ਭੰਗੜਾ ਠੋਕ ਕੇ, ਵਿਚ ਇਜ਼ ਅ ਵੈਰੀ ਐਨਰਜੈਟਿਕ ਟ੍ਰੈਕ, ਸੋ ਤੁਹਾਡੇ ਵਿੱਚ ਵੀ ਥੋੜੀ ਐਨਰਜੀ ਆ ਜਾਏਗੀ। ਐਂਡ ਜਸਟ ਇਨ ਕੇਸ ਤੁਸੀਂ ਆਪਣੀ ਕੋਈ ਫਰਮਾਇਸ਼ ਮੇਰੇ ਤੱਕ ਪਹੁੰਚਾਉਣਾ ਚਾਹੁੰਦੇ ਹੋ, ਜੋ ਕਿ ਮੈਂ ਥੋੜੀ ਹੀ ਦੇਰ ਦੇ ਵਿੱਚ ਪਲੇ ਕਰਨਾ ਸ਼ੁਰੂ ਕਰਾਂਗੀ, ਉਹ ਤੁਸੀਂ ਭੇਜ ਸਕਦੇ ਹੋ 604-807-0915 ਤੇ। ਸੁਣਦੇ ਰਹੋ ਕਨੈਕਟ ਐਫ ਐਮ, ਅਸਲੀ ਰੇਡੀਓ। ਕਨੈਕਟ ਐਫ ਐਮ ਸੁਣ ਰਹੇ ਹੋ ਤੁਸੀਂ, ਮੇਰਾ ਨਾਮ ਹੈ ਗਰਿਮਾ, ਸ਼ੋਅ ਦਾ ਨਾਮ ਹੈ ਪੰਜਾਬੀ ਚਾਟ ਬਸਟਰਸ, ਅਤੇ ਇੱਥੇ ਰਿਕੁਐਸਟਾਂ ਬਿਲਕੁਲ ਬਿਲਕੁਲ ਪੂਰੀ ਕਰਨੀ ਸ਼ੁਰੂ ਕਰਾਂਗੀ। ਪਲੀਜ਼ ਮੇਰੇ ਤੋਂ ਨਾਰਾਜ਼ ਨਾ ਹੋਇਓ, ਗੁੱਸਾ ਨਾ ਹੋਇਓ। ਫਿਲਹਾਲ ਅੱਜ ਮੇਰੇ ਸ਼ੋਅ ਦੇ ਵਿੱਚ ਕੁਝ ਬਹੁਤ ਸਪੈਸ਼ਲ ਹੋ ਰਿਹਾ ਹੈ। ਸਾਡੇ ਜਿਹੜੇ ਬਹੁਤ ਹੀ ਫੇਮਸ ਡਿਜੀਟਲ ਪ੍ਰੋਡਿਊਸਰ ਅਤੇ ਫਿਲਮ ਜਰਨਲਿਸਟ ਹੈ ਜੈਸਮਿਨ ਸਿੰਘ, ਉਹਨਾਂ ਦੀ ਗੱਲਬਾਤ ਹੋਈ ਹੈ ਸੁਪਰੀਮਲੀ ਟੈਲੈਂਟਡ ਬੱਬਲ ਰਾਏ ਦੇ ਨਾਲ, ਜੋ ਕਿ ਸਿੰਗਰ ਤਾਂ ਸੀਗੇ ਹੀ ਸੀਗੇ ਬਟ ਹੁਣ ਐਕਟਰ ਵੀ ਹੋ ਚੁੱਕੇ ਨੇ, ਬਹੁਤ ਸਾਰੀ ਫਿਲਮਾਂ ਦੇ ਵਿੱਚ ਆਪਾਂ ਉਹਨਾਂ ਨੂੰ ਦੇਖਦੇ ਹਾਂ। ਉਹਨਾਂ ਦੇ ਨਾਲ ਜਿਹੜੀ ਗੱਲਬਾਤ ਜੈਸਮਿਨ ਦੀ ਹੋਈ ਹੈ ਉਹ ਮੈਂ ਤੁਹਾਨੂੰ ਇੱਥੇ ਸੁਣਾ ਰਹੀ ਹਾਂ, ਚਲੋ ਲੈਟਸ ਹੀਅਰ ਇਟ। ਅਤੇ ਬੱਬਲ, ਅੱਜ ਕੱਲ੍ਹ ਗੱਲ ਕਰੀਦਾ ਯੂਟਿਊਬ 'ਤੇ ਗਾਣੇ ਰਿਲੀਜ਼ ਹੁੰਦੇ ਆ, ਡਿਜੀਟਲ ਮੀਡੀਆ ਇੰਨਾ ਪਾਪੂਲਰ ਹੈ, ਬਟ ਆਈ ਡੋਂਟ ਨੋ ਇਫ ਤੁਹਾਡੇ ਫੈਨਸ ਨੂੰ ਪਤਾ ਹੋਊਗਾ ਬਹੁਤ ਲੋਕਾਂ ਨੂੰ ਕਿ ਤੁਸੀਂ ਆਈ ਥਿੰਕ ਵਨ ਆਫ ਦ ਪਾਇਨੀਅਰ ਹੋ ਜਦੋਂ ਤੁਸੀਂ ਆਸਟ੍ਰੇਲੀਅਨ ਛੱਲਾ ਗਾਇਆ ਸੀ ਯੂਟਿਊਬ 'ਤੇ, ਅਤੇ ਤੁਸੀਂ ਤਾਂ ਕਈ ਚੀਜ਼ਾਂ ਲਈ ਪਾਇਨੀਅਰ ਹੋ, ਬਾਲੀਵੁੱਡ ਮੂਵੀ 'ਚ, ਫਿਰ ਉਹ ਕਰੁਕ ਮੂਵੀ 'ਚ ਯੂਜ਼ ਹੋਇਆ ਸੀ, ਸੋ ਅੱਜ ਕੱਲ੍ਹ ਜਿਹੜੀ ਗੱਲ ਕਰੀਏ ਤਾਂ ਉੱਥੋਂ ਹੁਣ ਤੁਸੀਂ ਕਿੱਦਾਂ ਦੇਖਦੇ ਹੋ ਕਿ ਵੀ ਮੈਂ ਤਾਂ ਕਰ ਹੀ ਚੁੱਕਿਆ ਹਾਂ, ਯੂ ਨੋ ਯੂ ਵਰ ਦ ਫਸਟ ਵਨਸ ਟੂ ਡੂ ਇਟ ਐਕਚੁਲੀ।
ਨਹੀਂ ਜੀ, ਉਹ ਮੈਂ ਆਪਣੇ ਆਪ ਨੂੰ ਉਹੀ ਲੱਕੀ ਮੰਨੂਗਾ ਕਿ ਮੇਰੇ ਹਿੱਸੇ ਆਈ ਕਿ ਮੇਰੀ ਚੀਜ਼ ਪਹਿਲੀ ਵਾਇਰਲ ਹੋਈ, ਬਿਕਾਜ਼ ਉਹ ਤਾਂ ਟੈਕਨੋਲੋਜੀ ਨੇ ਤਾਂ ਆ ਹੀ ਜਾਣਾ ਹੁੰਦਾ ਨਾ, ਉਹ ਮੈਂ ਨਹੀਂ ਆਉਂਦਾ ਤਾਂ ਕਿਸੇ ਨਾ ਕਿਸੇ ਹੋਰ ਨੇ ਕਦੇ ਨਾ ਕਦੇ ਉਹ ਚੀਜ਼ ਸਟ੍ਰਾਈਕ ਕਰ ਹੀ ਜਾਣੀ ਸੀਗੀ, ਪਰ ਉਹ ਲੱਕੀਲੀ ਮੇਰੇ ਹਿੱਸੇ ਆਈ ਹੈ ਨਾ। ਜਿੰਨੀਆਂ ਵੀ ਮੇਰੀਆਂ ਜਦੋਂ ਮੈਂ ਸਟੂਡੈਂਟ ਸੀਗਾ ਯੂਟਿਊਬ ਵੀਡੀਓ ਸੀਗੀਆਂ, ਚਾਹੇ ਆਸਟ੍ਰੇਲੀਅਨ ਛੱਲਾ ਸੀ, ਨਿੱਕੀ ਜਿਹੀ ਜਿੰਦ ਸੀ, ਮਾਵਾਂ ਵਾਲਾ ਗੀਤ ਸੀਗਾ, ਜਾਂ ਇੰਨੇ ਜੋਗੀ ਸੀਗਾ ਗੀਤ, ਕਾਫੀ ਉਹ ਮਤਲਬ ਉਹਨਾਂ ਨੂੰ ਪਿਆਰ ਮਿਲਿਆ, ਤਾਂ ਉਹਦੇ ਕਰਕੇ ਮੈਨੂੰ ਲੱਗਿਆ ਕਿ ਯਾਰ ਵੀ ਮੈਨੂੰ ਮਤਲਬ ਪਲੇਟਫਾਰਮ ਮਿਲਿਆ ਤੇ ਲੋਕੀ ਸੁਣਦੇ ਆ, ਜੇ ਮੈਂ ਕੁਛ ਗਾਉਣਾ ਤਾਂ ਮੈਨੂੰ ਕੰਮ ਕਰਨਾ ਚਾਹੀਦਾ। ਤੇ ਪਰ ਕਾਫੀ ਚੇਂਜ ਹੋ ਗਿਆ ਜੀ ਹੁਣ ਉਦੋਂ ਨਾਲੋਂ, ਮਤਲਬ ਅਸੀਂ ਜਦੋਂ ਦੇ ਸ਼ੁਰੂ ਹੋਇਆ ਸੀ ਉਦੋਂ ਕੈਸੇਟ ਦਾ ਦੌਰ ਖਤਮ ਹੋ ਰਿਹਾ ਸੀ ਹਨਾ, ਜਿਹੜੀ ਟੇਪ ਰਿਕਾਰਡਰ ਦਾ, ਉਸ ਤੋਂ ਬਾਅਦ ਅਸੀਂ ਸੀਡੀਜ਼ ਵੀ ਦੇਖੀਆਂ, ਸੀਡੀਜ਼ ਤੋਂ ਬਾਅਦ ਫਿਰ MP3, ਫਿਰ USB, ਹੁਣ ਸਿੱਧਾ ਫੋਨ ਦੇ ਵਿੱਚ ਲਾਈਕ ਐਪਸ ਆ ਗਏ ਹਨਾ, ਉੱਥੋਂ ਸਟ੍ਰੀਮਿੰਗ ਐਪ ਚੱਲਦੇ ਆ ਜੀ। ਸੋ ਟੈਕਨੋਲੋਜੀ ਵਾਈਜ਼ ਕਾਫੀ ਚੇਂਜ ਹੋ ਗਿਆ। ਯੂਟਿਊਬ ਦੇ ਉੱਪਰ ਹੁਣ ਆਰਟਿਸਟਾਂ ਨੂੰ ਸਮਝ ਆ ਗਈ ਕਿ ਲੇਬਲਸ ਦਾ ਕੰਮ ਆ ਜਿਹੜਾ ਉਹ ਖਤਮ ਹੋ ਗਿਆ ਡਿਸਟ੍ਰੀਬਿਊਸ਼ਨ ਵਾਲਾ, ਹੌਲੀ ਹੌਲੀ ਆਰਟਿਸਟ ਆਪਣੇ ਸਾਰੇ ਚੈਨਲ ਦਾ ਜਿਹੜੇ ਆ ਰਹੇ ਆ, ਕਾਫੀ ਜਣੇ ਆਪਣੇ ਚੈਨਲ ਤੇ ਕੰਮ ਕਰਦੇ ਆ, ਅਸੀਂ ਵੀ, ਮੈਂ ਵੀ, ਜੱਸੀ ਵੀ, ਪ੍ਰਭ ਤਾਂ ਕਾਫੀ ਦੇਰ ਤੋਂ ਕਰ ਰਿਹਾ, ਮੈਂ ਤੇ ਜੱਸੀ ਵੀ ਹੁਣ ਅਸੀਂ ਆਪਣਾ ਸ਼ੁਰੂ ਕਰਨ ਲੱਗੇ ਹਾਂ ਦੁਬਾਰਾ ਯੂਟਿਊਬ ਚੈਨਲ। ਅੱਛਾ, ਤੇ ਮੈਂ ਸੋਚ ਰਿਹਾ ਸੀ, ਹੱਸਦਾ ਸੀਗਾ ਆਪਣੇ ਮੈਨੇਜਰ ਨੂੰ, ਮੈਂ ਕਿਹਾ ਆਪਾਂ ਜਿਸ ਦਿਨ ਮੇਰਾ ਯੂਟਿਊਬ ਚੈਨਲ ਆਪਾਂ ਲਾਂਚ ਕੀਤਾ, ਆਪਾਂ ਕਹਿਣਾ ਕਿ ਪੰਜਾਬੀ ਇੰਡਸਟਰੀ ਦਾ ਪਹਿਲਾ ਯੂਟਿਊਬ ਚੈਨਲ ਵਾਪਸ ਆ ਰਿਹਾ। ਐਗਜੈਕਟਲੀ, ਇਹ ਤਾਂ ਪਹਿਲਾਂ ਹੀ ਹੋਇਆ, ਕਹਿਣਾ ਤਾਂ ਇਦਾਂ ਹੀ ਚਾਹੀਦਾ, ਸਾਨੂੰ ਪਤਾ ਲਾਈਏ ਕਿ ਅਸੀਂ ਹੁਣ ਕਰਾਂਗੇ ਜੀ। ਪਰ ਬੱਬਲ, ਤੁਸੀਂ ਹਜੇ ਵੀ ਮਤਲਬ ਇਹ ਜਿਹੜੇ ਆਈਲ ਕਾਲ ਇੱਕ ਨਿਊ ਜਨਰੇਸ਼ਨ ਆਫ ਸਿੰਗਰਸ ਆ ਰਹੇ ਨੇ ਜਿਹੜੇ ਹੁਣ ਐਕਸਪਲੋਰ ਕਰ ਰਹੇ ਨੇ, ਬਟ ਉਹਨਾਂ ਨੂੰ ਰੈਲੇਵੈਂਟ ਰਹਿਣ ਲਈ ਬਹੁਤ ਕੁਛ ਕਰਨਾ ਪੈਂਦਾ, ਤੁਸੀਂ ਲੈਟਸ ਸੇ ਹਜੇ ਤੱਕ ਉਹ ਗਾਣੇ, ਉਹ ਜਿਹੜਾ ਕੰਟੈਂਟ ਤੁਸੀਂ ਲੈ ਕੇ ਆਉਂਦੇ ਹੋ ਗਾਣਿਆਂ 'ਚ, ਤੁਹਾਡੇ ਵਰਕ 'ਚ, ਉਹ ਹਜੇ ਵੀ ਰੈਲੇਵੈਂਟ ਹੈ, ਇਹ ਬਹੁਤ ਪ੍ਰੈਸ਼ਰ ਵਾਲਾ ਕੰਮ ਹੁੰਦਾ ਹੈ ਕਿੱਥੋਂ ਤੁਸੀਂ, ਹੈ ਨਾ, ਬਿਕੋਜ਼ ਗਾਣੇ ਵੀ ਰੈਲੇਵੈਂਟ ਹੋਣੇ ਚਾਹੀਦੇ ਹੈ, ਸਟਾਈਲ ਰੈਲੇਵੈਂਟ ਹੋਣਾ ਚਾਹੀਦਾ, ਸਾਰਾ ਕੁਛ ਅੱਜ ਦੀ ਡੇਟ ਦੇ ਨਾਲ ਨਾਲ ਚੱਲਣਾ ਚਾਹੀਦਾ। ਹਾਂਜੀ, ਪ੍ਰੈਸ਼ਰ ਕਾਇੰਡ ਆਫ ਫੇਸ ਕਰਕੇ ਹੁੰਦਾ, ਕਿਉਂਕਿ ਅੱਜ ਕੱਲ੍ਹ ਨਾ ਜੀ ਗਾਣੇ ਹੁਣ ਬਹੁਤ ਜ਼ਿਆਦਾ ਆ ਰਿਹਾ, ਅਤੇ ਇਹ ਹੋ ਗਿਆ ਕਿ ਵੈਸੇ ਆਪਾਂ ਦੇਖਿਆ ਜਾਵੇ ਤਾਂ ਆਮ ਤੌਰ 'ਤੇ ਆਪਣੀ ਜ਼ਿੰਦਗੀ ਸਾਰਿਆਂ ਦੀ ਬਹੁਤ ਫਾਸਟ ਹੋ ਗਈ ਹੈ ਨਾ ਜੀ, ਸੋ ਉਹਦੇ ਨਾਲ ਨਾਲ ਮਤਲਬ ਇੰਟਰਟੇਨਮੈਂਟ ਦੇ ਸੋਰਸਿਸ ਵੀ ਬਹੁਤ ਜ਼ਿਆਦਾ ਹੋ ਗਏ ਹੈ ਨਾ, ਜਿੱਦਾਂ ਮੈਂ ਪਹਿਲਾਂ ਕਿਹਾ ਡੈਂਗੇ ਸਟ੍ਰੀਮਿੰਗ ਐਪਸ, ਚਾਹੇ ਉਹ ਫਿਲਮਾਂ ਦੇ ਹੋਣ, ਯੂਟਿਊਬ ਹਰ ਜਾਂ ਬੰਦੇ ਸੋਸ਼ਲ ਮੀਡੀਆ ਦੇ ਉੱਤੇ ਕੁਛ ਨਾ ਕੁਛ ਦੇਖਦੇ ਰਹਿੰਦੇ, ਕਿ ਉਹ ਟਿਕਟੋਕ ਨੇ 15 ਸੈਕਿੰਡ ਦੇ ਵਿੱਚ ਤੁਹਾਨੂੰ ਐਂਟਰਟੇਨ ਕਰਨਾ ਪੈਂਦਾ ਲੋਕਾਂ ਨੂੰ ਹੈ ਨਾ, ਹਾਲਾਂਕਿ ਮੈਂ ਯੂਜ਼ ਨਹੀਂ ਕਰਦਾ ਟਿਕਟੋਕ, ਬਟ ਇਹ ਹੈ ਕਿ ਲੋਕੀ ਬਹੁਤ ਜਲਦੀ ਬੋਰ ਹੋਣ ਲੱਗ ਗਏ ਚੀਜ਼ਾਂ ਤੋਂ, ਹੈ ਨਾ, ਕਿਉਂਕਿ ਉਹਨਾਂ ਨੂੰ ਆਪਸ਼ਨ ਬਹੁਤ ਆ। ਸੋ ਜੇ ਮਤਲਬ ਕਿਸੇ ਨੂੰ ਤੁਸੀਂ ਵਟਸਐਪ 'ਤੇ ਕੋਈ ਵੀਡੀਓ ਭੇਜੋਗੇ ਤਾਂ ਅਗਲਾ ਪਹਿਲਾਂ ਡਿਊਰੇਸ਼ਨ ਚੈੱਕ ਕਰਦਾ ਕਿ ਯਾਰ ਜੇ 5-6 ਮਿੰਟ ਦੀ ਛੱਡ ਯਾਰ ਕੌਣ ਦੇਖੂਗਾ, ਹੈ ਨਾ, ਬਿਲਕੁਲ ਬਿਲਕੁਲ, ਇੱਦਾਂ ਦਾ ਸਿਨਾਰੀ ਹੋ ਗਿਆ। ਸੋ ਉਸ ਉਹਦੇ ਲਈ ਮਤਲਬ ਥੋੜ੍ਹਾ ਜਿਹਾ ਪ੍ਰੈਸ਼ਰ ਫੀਲ ਹੁੰਦਾ ਕਿ ਯਾਰ ਕਿੱਦਾਂ ਦੀ ਚੀਜ਼ ਗਰੀਕ ਜਿਹੜੀ ਥੋੜ੍ਹੀ ਡਿਫਰੈਂਟ ਵੀ ਲੱਗੇ, ਹੈ ਨਾ, ਵੀ ਚੰਗੀ ਵੀ ਲੱਗੇ ਸਾਰਿਆਂ ਨੂੰ। ਸੋ ਕਈ ਵਾਰੀ ਸਕਸੈਸਫੁਲ ਹੁੰਦੇ ਆ, ਕਈ ਵਾਰੀ ਨਹੀਂ ਵੀ ਹੁੰਦੇ, ਪਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਵਧੀਆ ਕਰੀਏ, ਆਪਣੇ ਕੰਮ ਨੂੰ ਇੰਪਰੂਵ ਕਰੀਏ ਨਾ। ਰਾਈਟ। ਸੋ ਇੱਕ ਪੋਸਟੀ ਫਿਲਮ ਦੇ ਵਿੱਚ ਮੈਂ ਇੱਕ ਗਾਣਾ ਲਿਖਿਆ। ਅੱਛਾ। ਤੇ ਪਹਿਲਾਂ ਤਾਂ ਫਿਲਮ ਹੀ ਬਹੁਤ ਮਤਲਬ ਕਮਾਲ ਦੀ ਹੈਗੀ ਹੈ ਕਿ ਉਹ ਬਹੁਤ ਇੰਪੈਕਟ ਛੱਡੂਗੀ ਆਡੀਅੰਸ ਦੇ ਉੱਪਰ, ਜਿਹੜੇ ਵੀ ਲੋਕੀ ਉਹਨੂੰ ਦੇਖਣਗੇ। ਤੇ ਮਤਲਬ ਉਦਾਂ ਦੀ ਫਿਲਮ ਆ ਕਿ ਆਪਣੇ ਜਿੱਦਾਂ ਆਪਾਂ ਆਮ ਤੌਰ ਤੇ ਖਾਸ ਕਰਕੇ ਮੀਡੀਆ ਵਾਲੇ ਲੋਕੀ ਨੀ ਕਹਿ ਦਿੰਦੇ ਕਿ ਯਾਰ ਤੁਸੀਂ ਏਦਾਂ ਦੀਆਂ ਫਿਲਮਾਂ ਕਿਉਂ ਨੀ ਬਣਾਉਂਦੇ, ਹੈ ਨਾ। ਰਾਈਟ। ਜਾਂ ਆਪਣੇ ਲੋਕੀ ਕਹਿ ਦਿੰਦੇ ਕਿ ਯਾਰ ਵੀ ਪੰਜਾਬੀ ਸਿਨੇਮੇ 'ਚ ਏਦਾਂ ਦੀਆਂ ਫਿਲਮਾਂ ਕਿਉਂ ਨੀ ਬਣਦੀਆਂ, ਤਾਂ ਉਹ ਏਦਾਂ ਦੀ ਫਿਲਮ ਆ ਪੋਸਟੀ, ਹੈ ਨਾ। ਤੇ ਮਤਲਬ ਉਹਦੇ ਵਿੱਚ ਉਹ ਗਾਣਾ ਜਿਹੜਾ, ਉਹ ਜਦੋਂ ਮੈਨੂੰ ਲੱਗਦਾ ਕਿ ਉਹ ਗਾਣੇ ਨੂੰ ਬਹੁਤ ਹੱਲਾਸ਼ੇਰੀ ਮਿਲੂਗੀ, ਜਿਹੜਾ ਗਾਣਾ ਮੈਂ ਲਿਖਿਆ ਉਹ ਕਾਫੀ ਸੱਚ ਲੇਖ ਹੋ ਗਿਆ, ਤੇ ਮੈਨੂੰ ਪਤਾ ਨੀ ਗਾ ਕੀ ਤੇ ਕੀ ਤੋਂ ਬਰਦਾਸ਼ਤ ਹੋਊਗਾ। ਅੱਛਾ, ਇੰਨਾ ਸੱਚ ਲਿਖਤਾ, ਪਰ ਇਹ ਅੱਜ ਕੱਲ ਸਿੰਗਰਸ ਐਂਡ ਆਰਟਿਸਟ ਵੈਸੇ ਜਿਨ੍ਹਾਂ ਤੇ ਇੰਨੀ ਰਿਸਪੋਨਸਿਬਿਲਿਟੀ ਪਾਈ ਜਾਂਦੀ ਕਿ ਤੁਹਾਡੇ ਤੇ ਜੀ ਹਰ ਚੀਜ਼ ਦੀ ਰਿਸਪੋਨਸਿਬਿਲਿਟੀ, ਤੁਸੀਂ ਬਬਲ ਖੁੱਲ ਕੇ ਗੱਲ ਕਰ ਸਕਦੇ ਹੋ, ਐਕਸਪ੍ਰੈਸ ਕਰ ਸਕਦੇ ਹੋ ਆਪਣੇ ਓਪੀਨੀਅਨਸ, ਆਪਣੇ ਵਿਊਜ਼, ਕਿਉਂਕਿ ਅੱਜ ਕੱਲ੍ਹ ਹਰ ਚੀਜ਼ ਨੂੰ ਆਰਟਿਸਟ ਨੂੰ ਸਕੈਨ ਕਰਦੇ ਹਾਂ। ਆਪਾਂ ਗੱਲ ਕਰਦੇ ਸੀ ਨਾ ਕਿ ਉਹਨਾਂ ਦੀ ਇੰਟਰਵਿਊਜ਼ 'ਚੋਂ ਕੱਢ ਕੇ ਉਹਨਾਂ ਨੂੰ ਹਾਈਲਾਈਟ ਕਰਤਾ ਜਾਂਦਾ, ਤੁਸੀਂ ਕਿੰਨੇ ਕੁ ਕੇਅਰਫੁਲ ਹੁੰਦੇ ਹੋ, ਮੈਂ ਕੀ ਬੋਲਣਾ ਕੀ ਨਹੀਂ ਕਹਿਣਾ? ਦੀਦੀ, ਮੈਂ ਸਭ ਤੋਂ ਜ਼ਿਆਦਾ ਤਾਂ ਮੈਨੂੰ ਜਿਹੜਾ ਮੀਡੀਆ ਦਾ ਰੂਪ ਚੇਂਜ ਹੋ ਰਿਹਾ ਨਾ, ਉਹਦੇ ਨਾਲ ਬਹੁਤ ਨਾਰਾਜ਼ਗੀ ਹੈ ਨਾ ਜੀ। ਜਿੱਦਾਂ ਹੁਣ ਤੁਸੀਂ ਹੋ ਨਾ ਜਰਨਲਿਸਟ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਇੰਨਾ ਕੰਮ ਆ, ਤੁਸੀਂ ਐਕਸਪੀਰੀਅੰਸ ਆ ਤੁਹਾਡੇ ਕੋਲ, ਹੈ ਨਾ, ਤੁਸੀਂ ਇੰਨਾ ਕੰਮ ਕੀਤਾ। ਸੋ ਪਰ ਕਈ ਹੁੰਦਾ ਕਿ ਜਿਸ ਤਰ੍ਹਾਂ ਹੁਣ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਯੂਟਿਊਬ ਦੇ ਉੱਪਰ ਚੈਨਲ ਬਣਾ ਲਓ ਅਤੇ ਉਹਦੇ ਉੱਪਰ ਆਪਾਂ ਕੁਛ ਵੀ ਖਬਰਾਂ ਪਾਉਂਦੇ ਰਹੋ, ਹੈ ਨਾ, ਅਤੇ ਉਹਦੇ ਉੱਪਰ ਜੇ ਆਪਾਂ ਹੈਡਿੰਗ ਕਲਿੱਕ ਬੇਟ ਜੇ ਆਪਾਂ ਜਿਹਨੂੰ ਕਹਿੰਦੇ ਹਾਂ ਜੀ, ਉਹ ਆਪਾਂ ਇੰਟਰਸਟਿੰਗ ਕੁਛ ਬਸ ਇੱਦਾਂ ਦਾ ਲਿਖ ਦਈਏ ਕਿ ਦੇਖੋ ਫਲਾਣੇ ਨੇ ਫਲਾਣੇ ਨੂੰ ਕੀ ਕਿਹਾ ਤੇ ਫਿਰ ਦੇਖੋ ਕੀ ਹੋ ਗਿਆ, ਪਰ ਪਹਿਲਾਂ ਸਾਡਾ ਘੰਟੀ ਵਾਲਾ ਬਟਨ ਦੱਬ ਦੋ। ਮਤਲਬ ਮੇਨ ਮਕਸਦ ਹੁੰਦਾ ਹੈ ਕਿ ਸਾਨੂੰ ਸਬਸਕ੍ਰਾਈਬ ਕਰ ਲਓ, ਤੇ ਉਹ ਅੱਗੇ ਗੱਲ ਕੁਛ ਵੀ ਨਹੀਂ ਹੁੰਦੀ ਹੈ ਨਾ ਜੀ, ਬਿਲਕੁਲ, ਪਰ ਲੋਕੀ ਦੇਖਦੇ ਵੀ ਆ, ਉਹ ਜਿਹੜੇ ਦੇਖਦੇ ਆ, ਮੈਂ ਮੇਰੇ ਕਈ ਦੋਸਤ ਉਹਨਾਂ ਦੇ ਫੋਨ ਦੇ ਵਿੱਚ ਉਹਨਾਂ ਦਾ ਯੂਟਿਊਬ ਖੋਲ ਲਓ, ਉੱਪਰ ਸੁਜੈਸ਼ਨਾਂ ਨਾਲ ਉਹੀ ਭਰਿਆ ਹੁੰਦਾ, ਫਿਰ ਉਹਨਾਂ ਨੇ ਕਹਿਣਾ ਕੁਛ ਚੱਜ ਦਾ ਆਉਂਦਾ ਨੀ ਯੂਟਿਊਬ ਤੇ, ਜਿੱਦਾਂ ਦਾ ਕੰਟੈਂਟ ਤੁਸੀਂ ਦੇਖਣਾ ਸਾਨੂੰ ਉਦਾਂ ਕਰਨਾ, ਬਿਲਕੁਲ ਬਿਲਕੁਲ ਜੀ ਜੀ। ਸੋ ਉਹਨਾਂ ਨਾਲ ਮੈਨੂੰ ਥੋੜ੍ਹਾ ਜਿਹਾ
ਪਰ ਲੋਕੀ ਪੜ੍ਹੇ ਲਿਖੇ ਹੋ ਕੇ ਵੀ ਪਤਾ ਨੀ ਕਈ ਵਾਰੀ ਨਹੀਂ ਸਮਝਦੇ ਗੱਲਾਂ ਮੈਨੂੰ, ਮੈਂ ਕਈ ਵਾਰੀ ਬਹੁਤ ਖੁੱਲ ਕੇ ਬੋਲਣਾ ਚਾਹ ਰਹਾ ਹਾਂ ਪਰ ਫਿਰ ਇਹ ਹੋ ਜਾਂਦਾ ਕਿ ਯਾਰ ਜਦੋਂ ਸੋਚੀਦਾ ਕਿ ਇਹਨਾਂ ਨੇ ਕਈ ਵਾਰੀ ਲੋਕੀ ਰਿਐਕਟ ਪਤਾ ਨੀ ਕਿੱਦਾਂ ਕਰਦੇ ਯਾਰ, ਤੁਸੀਂ ਗਾਉਣ ਵਾਲੇ ਤੁਸੀਂ ਆਪਣਾ ਕੰਮ ਕਰੋ, ਹੁਣ ਤੂੰ ਤੁਹਾਡੀ ਨਾਲ ਸਾਨੂੰ ਸੁਧਾਰੇਗਾ ਜੀ ਉਹ, ਮਤਲਬ ਤੁਹਾਨੂੰ ਹਰ ਹਰ ਚੀਜ਼ ਤੇ ਜੱਜ ਕਰਦੇ ਉਹ, ਮਤਲਬ ਇਹ ਤਾਂ ਕਈ ਵਾਰੀ ਮੰਨਦੇ ਹੀ ਨੀ ਹੈਗੇ ਕਿ ਜਿਹੜੇ ਗਾਉਣ ਵਾਲੇ ਆ ਉਹ ਵੀ ਇੱਥੇ ਸਾਡੇ ਵਿੱਚੋਂ ਹੀ ਜੰਮੇ ਪਲੇ ਮੁੰਡੇ ਸਾਡੇ ਨਾਲ ਪੜ੍ਹ ਕੇ ਨਾ ਵੱਡੇ ਹੋਏ ਕੰਮ ਕਰਦੇ ਤੇ ਤੁਸੀਂ ਆਪਣਾ ਮਤਲਬ ਕਈ ਵਾਰੀ ਓਪੀਨੀਅਨ ਖੁੱਲ੍ਹ ਕੇ ਰੱਖ ਨੀ ਸਕਦੇ, ਮੈਨੂੰ ਇੰਨਾ ਲੱਗਦਾ ਹੁੰਦਾ ਤੇ ਮੈਂ ਥੋੜ੍ਹਾ ਜਿਹਾ ਹਜੇ ਨੀ ਬੋਲ ਰਿਹਾ ਹੈਗਾ, ਪਰ ਮੈਨੂੰ ਲੱਗਦਾ ਕਿ ਜਿਸ ਦਿਨ ਮੈਂ ਬੋਲੂੰਗਾ ਤਾਂ ਫਿਰ ਮੈਂ ਉਸ ਦਿਨ ਮੈਂ ਕਿਸੇ ਦੀ ਪਰਵਾਹ ਨਹੀਂ ਕਰੂੰਗਾ। ਮੈਨੂੰ ਪਤਾ ਕੀ ਲੱਗਦਾ, ਅਸੀਂ ਨਾ ਕਦੇ ਕਦੇ ਸੈਲੀਬ੍ਰਿਟੀਜ਼ ਦੇ ਮਾਮਲੇ ਦੇ ਵਿੱਚ ਭੁੱਲ ਜਾਂਦੇ ਹਾਂ ਕਿ ਉਹ ਵੀ ਇਨਸਾਨ ਹੈ, ਅਸੀਂ ਜ਼ਬਰਦਸਤੀ ਦਾ ਪ੍ਰੈਸ਼ਰ ਕਦੇ ਕਦੇ ਉਹਨਾਂ ਦੇ ਲਈ ਕ੍ਰੀਏਟ ਕਰ ਦਿੰਦੇ ਹਾਂ। ਵੈਸੇ ਕਾਫੀ ਹਾਰਟ ਟੂ ਹਾਰਟ ਕਨਵਰਸੇਸ਼ਨ ਕੀਤੀ ਹੈ ਬੱਬਲ ਰਾਏ ਨੇ ਜੈਸਮਿਨ ਦੇ ਨਾਲ, ਐਂਡ ਇਹੀ ਕਨਵਰਸੇਸ਼ਨ ਤੁਸੀਂ ਇੱਥੇ ਸੁਣ ਰਹੇ ਹੋ। ਅਤੇ ਹਾਂ, ਤੁਹਾਡੀ ਰਿਕੁਐਸਟਾਂ ਵੀ ਮੈਂ ਇੱਥੇ ਪੂਰੀ ਕਰ ਰਹੀ ਹਾਂ, ਜਿੱਦਾਂ ਕਿ ਹੁਣੇ ਜਿਨ੍ਹਾਂ ਦੀ ਰਿਕੁਐਸਟ ਪੂਰੀ ਹੋ ਰਹੀ ਹੈ ਉਹਨਾਂ ਦਾ ਨਾਮ ਹੈ ਸੰਦੀਪ ਕੰਗ, ਗਾਣਾ ਸੁਣਨਾ ਚਾਹੁੰਦੇ ਹੈ ਪਿਆਰ ਮੇਰਾ ਬਾਏ ਜੱਸੀ ਗਿੱਲ। ਚਲੋ ਜੀ, ਗਾਣਾ ਤੁਹਾਡੇ ਲਈ ਅੱਗੇ ਆ ਰਿਹਾ ਹੈ, ਅਤੇ ਜੇ ਤੁਸੀਂ ਵੀ ਕੋਈ ਗਾਣਾ ਰਿਕੁਐਸਟ ਕਰਨਾ ਹੈ 604-807-0915 ਨੰਬਰ ਹੈ ਮੇਰਾ। ਸੁਣਦੇ ਰਹੋ ਕਨੈਕਟ ਐਫਐਮ, ਅਸਲੀ ਰੇਡੀਓ। ਕਨੈਕਟ ਐਫ ਐਮ ਸੁਣ ਰਹੇ ਹੋ ਤੁਸੀਂ, ਮੇਰਾ ਨਾਮ ਹੈ ਗਰਿਮਾ, ਸ਼ੋਅ ਦਾ ਨਾਮ ਹੈ ਪੰਜਾਬੀ ਚਾਰਟ ਬਸਟਰਸ, ਅਤੇ ਅੱਜ ਪੰਜਾਬੀ ਚਾਰਟ ਬਸਟਰਸ ਦੇ ਵਿੱਚ ਕੁਝ ਸਪੈਸ਼ਲ ਹੋ ਰਿਹਾ। ਬਈ, ਸਾਡੇ ਜਿਹੜੇ ਫਿਲਮ ਜਰਨਲਿਸਟ ਅਤੇ ਡਿਜੀਟਲ ਪ੍ਰੋਡਿਊਸਰ ਨੇ ਜੈਸਮਿਨ, ਉਹਨਾਂ ਦੀ ਗੱਲਬਾਤ ਹੋਈ ਬੱਬਲ ਰਾਏ ਦੇ ਨਾਲ, ਕਾਫੀ ਹਾਰਟ ਟੂ ਹਾਰਟ ਕਨਵਰਸੇਸ਼ਨ ਸੀ, ਕਾਫੀ ਗੱਲਾਂ ਬੱਬਲ ਰਾਏ ਨੇ ਰਿਵੀਲ ਕੀਤੀਆਂ, ਅਤੇ ਉਹੀ ਗੱਲਬਾਤ ਜਿਹੜੀ ਹੈ ਅੱਜ ਤੁਸੀਂ ਮੇਰੇ ਸ਼ੋਅ ਦੇ ਵਿੱਚ ਸੁਣ ਰਹੇ ਹੋ, ਅਤੇ ਲੈਟਸ ਹੀਅਰ ਇਟ। ਅੱਛਾ ਬੱਬਲ, ਅਸੀਂ ਆਪਣੀ ਇੰਟਰਵਿਊ ਨੂੰ ਆਲਮੋਸਟ ਫਿਨਿਸ਼ ਕਰਦੇ ਹਾਂ, ਅਤੇ ਆਉਣ ਵਾਲੇ ਟਾਈਮ 'ਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਮੋਰ ਫਿਲਮਸ 'ਚ ਦੇਖ ਰਹੇ ਹਾਂ, ਮੋਰ ਗਾਣੇ ਦੇਖ ਰਹੇ ਹਾਂ, ਮੋਰ ਲਾਈਵ ਸ਼ੋਜ਼, ਜਾਂ ਐਵਰੀਥਿੰਗ ਇਨ ਵਨ, ਇੱਕ ਪੈਕੇਜ ਦੀ ਤਰ੍ਹਾਂ ਜਿਹੜਾ ਅੱਜ ਕੱਲ੍ਹ ਮੈਂਡੇਟੋਰੀ ਹੋ ਗਿਆ ਵੀ ਸਾਰਾ ਕੁਛ ਹੀ ਹੁੰਦਾ। ਸੋ ਉਹ ਕਿੱਥੇ ਕਿੱਥੇ ਅਸੀਂ ਹੁਣ ਤੁਹਾਨੂੰ ਦੇਖਾਂਗੇ? ਫਿਲਮਸ ਤੁਸੀਂ ਦੱਸੀਆਂ, ਤੁਹਾਡੇ ਆਉਣ ਵਾਲੇ ਕੋਈ ਸਿੰਗਲ ਟਰੈਕ, ਕੋਈ ਗਾਣੇ, ਯੂਟਿਊਬ ਚੈਨਲ ਆਉਣ ਵਾਲਾ ਤੁਹਾਡਾ? ਜੀ, ਮੈਂ ਕੋਸ਼ਿਸ਼ ਤਾਂ ਇਹ ਰਹੂਗੀ ਕਿ ਸਾਰੇ ਜਿਹੜੇ ਜਿਹੜੇ ਮੈਂ ਕੰਮ ਕਰ ਸਕਦਾ ਜੀ, ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਪੁਸ਼ ਕਰ ਰਿਹਾ ਕਿ ਐਜ਼ ਅ ਲਿਰਿਸਿਸਟ ਮੈਂ ਹੋਰ, ਮਤਲਬ ਆਪਣਾ ਆਪਣੇ ਆਪ ਨੂੰ ਗਾਣੇ ਦੇਵਾਂ, ਕਿਉਂਕਿ ਮੈਂ ਹੋਰ ਤਾਂ ਕਿਸੇ ਨੂੰ ਦੇਣੇ ਨੀਗੇ, ਆਪ ਹੀ ਗਾਉਣੇ ਹੁੰਦੇ। ਪਿੱਛੇ ਜੇ 2 ਸਾਲ ਗਾਣੇ ਲਿਖੇ ਨੀ ਹੈਗੇ, 2-3 ਸਾਲ ਲਾ ਲਓ, ਤਾਂ ਉਹ ਮੈਨੂੰ ਲੱਗਦਾ ਕਿ ਉੱਥੇ ਮੈਂ ਲੈਕ ਕਰ ਗਿਆ, ਤੇ ਮੈਂ ਹੁਣ ਮਤਲਬ ਗਾਣੇ ਲਿਖਣੇ ਦੁਬਾਰਾ ਸ਼ੁਰੂ ਕਰ ਰਿਹਾ, ਕੋਸ਼ਿਸ਼ ਕਰਦਾ, ਕਿਉਂਕਿ ਮੈਨੂੰ ਹੁੰਦਾ ਕਿ ਮੈਂ ਏਦਾਂ ਦੀ ਚੀਜ਼ ਲਿਖਾਂ ਕਿ ਜਿਹੜੀ ਮੈਂ ਥੋੜ੍ਹੀ ਦੇਰ ਬਾਅਦ ਵੀ ਸੁਣਾ, ਤਾਂ ਮੈਨੂੰ ਇਹ ਨਾ ਲੱਗੇ ਕਿ ਇਹ ਕਾਹਤੇ ਲਿਖਤਾ ਸੀਗਾ। ਇਸ ਤਰ੍ਹਾਂ 1-2 ਗਾਣੇ ਮੇਰੇ ਹੈਗੇ ਪਾਸ ਦੇ ਵਿੱਚ ਜਿਹੜੇ ਮੈਨੂੰ ਲੱਗਦਾ ਹੁੰਦਾ, ਹਾਲਾਂਕਿ ਉਦੋਂ ਮੈਂ ਚਲੋ ਅਸੀਂ ਟੀਨੇਜ ਸੀਗੇ ਜਾਂ ਥੋੜੇ ਜਿਸ ਤਰ੍ਹਾਂ ਐਨੇ ਜੋਗੀ ਹੈ ਨੀ ਜਿੰਨੀ ਹਵਾ ਕਰਦੀ ਗਾਣਾ, ਪਰ ਐਡਾ ਕੋਈ ਐਵੇਂ ਵੀ ਨੀ ਸੀਗਾ ਵੀ ਕਿਸੇ ਨੂੰ ਕੁਛ ਗਲਤ ਕਿਹਾ ਗਿਆ ਸੀਗਾ, ਪਰ ਉਹ ਮੈਨੂੰ ਲੱਗਦਾ ਹੁੰਦਾ ਕਿ ਹਾਂ, ਪਰ ਫਿਰ ਸੋਚਦਾ ਕਿ ਯਾਰ ਪਤਾ ਨੀ ਜਿੱਦਾਂ ਦਾ ਉਦੋਂ ਜਿੱਦਾਂ ਦੀ ਸੋਚ ਸੀਗੀ ਉਦੋਂ ਉੱਦਾਂ ਦਾ ਲਿਖਦੇ ਸੀ। ਸੋ ਉਹੀ ਹੈ ਕਿ ਤੁਸੀਂ ਡੇਲੀ ਗਰੋ ਕਰਦੀ ਹੈ ਤੁਹਾਡੀ ਸੋਚ, ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰਦੇ ਰਹਿੰਦੇ। ਸੋ ਹੁਣ ਥੋੜਾ ਜਿਹਾ ਲੱਗਦਾ ਹੁੰਦਾ ਕਿ ਯਾਰ ਕੁਛ ਥੋੜਾ ਸੈਟਲ ਜਿਹਾ ਕੁਛ ਵਧੀਆ ਲਿਖਾਂ। ਰਾਈਟ, ਤੇ ਕੁਛ ਇਹੋ ਜਿਹਾ ਹੈ ਬੱਬਲ ਜੋ ਰਹਿ ਗਿਆ, ਕਿੰਨਾ ਕੁਛ ਹੀ ਤੁਸੀਂ ਟੱਚ ਕੀਤਾ ਐਜ਼ ਐਨ ਆਰਟਿਸਟ? ਆਈ ਥਿੰਕ ਪੂਰੀ ਤਰ੍ਹਾਂ ਨਾਲ ਤੁਸੀਂ ਗਾਣੇ, ਯੂ ਨੋ, ਐਕਟਿੰਗ, ਲਿਖਣਾ, ਸਾਰਾ ਕੁਛ, ਬਟ ਕੁਛ ਹੈ ਤੁਹਾਨੂੰ ਲੱਗਦਾ ਹਜੇ ਵੀ ਮੈਂ ਇੱਕ ਇਹੋ ਜਿਹੀ ਚੀਜ਼ ਜਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰਨਾ ਚਾਹੁੰਦਾ ਐਜ਼ ਐਨ ਆਰਟਿਸਟ? ਐਜ਼ ਐਨ ਆਰਟਿਸਟ ਤਾਂ ਤੁਹਾਨੂੰ ਆਪਣੇ ਆਪ ਨੂੰ ਐਕਸਪਲੋਰ ਕਰਦੇ ਰਹਿਣਾ ਚਾਹੀਦਾ। ਮੈਂ ਚਲੋ ਇਹ ਮੰਨ ਲੈਂਦਾ ਕਿ ਮੈਂ ਟੱਚ ਕੀਤਾ ਕਾਫੀ ਚੀਜ਼ਾਂ ਨੂੰ, ਜਿੱਦਾਂ ਮੈਂ ਲਿਖ ਲੈਂਦਾ, ਗਾ ਲੈਂਦਾ, ਤੇ ਐਕਟਿੰਗ ਵੀ ਕੀਤੀ ਹੈ, ਹੈ ਨਾ ਜੀ, ਸਟੇਜ ਸ਼ੋਜ਼ ਤੇ ਕਾਫੀ ਚੀਜ਼ਾਂ ਕੀਤੀਆਂ, ਹੈ ਨਾ, ਪਰ ਮੈਂ ਇਹਨਾਂ ਨੂੰ ਇੰਪਰੂਵ ਕਰਨਾ ਚਾਹੂੰਗਾ ਕਿ ਮੈਨੂੰ ਲੱਗਦਾ ਨੀਗਾ ਕਿ ਹਲੇ ਮੈਂ ਮੇਰਾ ਬੈਸਟ ਆ ਜਿਹੜਾ ਮੈਨੂੰ ਲੱਗਦਾ ਕਿ ਹਜੇ ਨਹੀਂ ਆਇਆ, ਉਹ ਆਊਗਾ ਹਜੇ, ਮੈਂ ਉਹਦੇ ਤੇ ਆਪਣੇ ਆਪ ਨੂੰ ਪੁਸ਼ ਕਰੂੰਗਾ ਹੋਰ। ਹਾਂਜੀ, ਗ੍ਰੇਟ, ਥੈਂਕ ਯੂ ਸੋ ਮਚ ਬੱਬਲ, ਇਟ ਵਾਸ ਗ੍ਰੇਟ ਟਾਕਿੰਗ ਟੂ ਯੂ, ਤੇ ਅਸੀਂ ਬਹੁਤ ਛੇਤੀ ਤੁਹਾਨੂੰ ਐਕਸਪੈਕਟ ਕਰਾਂਗੇ ਕਿ ਤੁਸੀਂ ਕੈਨੇਡਾ ਵੀ ਆਓ ਤੇ ਇੱਥੇ ਆ ਕੇ ਕ੍ਰਿਕਟ ਵੀ ਖੇਡੋ, ਮਿਊਜ਼ਿਕ ਵੀ ਕਰੋ ਤੇ ਫਿਲਮਾਂ ਵੀ ਕਰੋ। ਜੀ ਜੀ ਜੀ, ਥੈਂਕ ਯੂ ਸੋ ਮਚ, ਹਮੇਸ਼ਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ। ਵੈਸੇ ਜੈਸਮਿਨ, ਮੈਂ ਨਾ ਤੁਹਾਨੂੰ ਥੈਂਕ ਯੂ ਕਹਿਣਾ ਚਾਹੁੰਦੀ ਹਾਂ, ਕਿਉਂਕਿ ਤੁਹਾਡੀ ਵਜ੍ਹਾ ਨਾਲ ਸਾਨੂੰ ਬੱਬਲ ਬਾਰੇ ਇੰਨਾ ਕੁਛ ਜਾਣਨ ਦਾ ਮੌਕਾ ਮਿਲਿਆ, ਤੇ ਇੱਦਾਂ ਦਾ ਮੌਕਾ ਸਾਨੂੰ ਹੋਰ ਜ਼ਿਆਦਾ ਦਿੰਦੇ ਰਹੋ ਤੁਸੀਂ, ਅਸੀਂ ਬਸ ਇਹੀ ਉਮੀਦ ਕਰਦੇ ਹਾਂ। ਐਂਡ ਯੈਸ, ਜੈਸਮਿਨ ਸਾਡੇ ਨਾਲ ਫਰਾਈਡੇ ਨੂੰ ਵੀ ਹੋਣਗੇ ਫਿਲਮੀ ਫਰਾਈਡੇਜ਼ ਦੇ ਵਿੱਚ, ਉੱਥੇ ਵੀ ਆਪਾਂ ਬਹੁਤ ਸਾਰੀ ਬਾਲੀਵੁੱਡ ਪੋਲੀਵੁੱਡ ਬਾਰੇ ਗੱਲਾਂ ਬਾਤਾਂ ਜੈਸਮਿਨ ਨਾਲ ਕਰ ਲਵਾਂਗੇ। ਫਿਲਹਾਲ ਇੱਥੇ ਰਿਕੁਐਸਟ ਪੂਰੀ ਕਰਨ ਦਾ ਟਾਈਮ ਹੈ, ਰਿਕੁਐਸਟ ਜਿਨ੍ਹਾਂ ਦੀ ਪੂਰੀ ਕਰ ਰਹੀ ਹਾਂ, ਨਾਮ ਹੈ ਉਹਨਾਂ ਦਾ ਆਹਾ ਟੀਮ ਪਲੰਬਿੰਗ, ਇਹ ਬੂਟਕਟ ਗਾਣਾ ਸੁਣਨਾ ਚਾਹੁੰਦੇ ਹੈ ਬਾਈ ਪ੍ਰੇਮ ਢਿੱਲੋਂ। ਲਓ ਜੀ, ਗਾਣਾ ਤੁਹਾਡੀ ਫਰਮਾਇਸ਼ 'ਤੇ ਆ ਗਿਆ, ਅਤੇ ਜੇ ਤੁਸੀਂ ਵੀ ਕੋਈ ਗਾਣਾ ਰਿਕੁਐਸਟ ਕਰਨਾ, 604-807-0915 ਨੰਬਰ ਹੈ ਮੇਰਾ। ਸੁਣਦੇ ਰਹੋ ਕਨੈਕਟ ਐਫ ਐਮ, ਅਸਲੀ ਰੇਡੀਓ।